ਨਮਸਕਾਰ ਜੰਮੂ ਸੰਵਾਦ ਦਿਖਾ ਕਰਦੇ ਹੋ ਤੁਸੀਂ ਤੇ ਮੈਂ ਆ ਨਰੇਸ਼ ਸ਼ਰਮਾ। ਚੁਣਾਵੀ ਯਾਤਰਾ ਦੇ ਤਹਿਤ ਅੱਜ ਅਸ ਆਏ ਪੁੱਜਿਆ ਜੰਮੂ ਸੰਭਾਗ ਦੇ ਨਗਰੋਟਾ ਅਸੈਂਬਲੀ ਹਲਕੇ ਦੇ ਵਿੱਚ। ਨਗਰੋਟਾ ਅਸੈਂਬਲੀ ਹਲਕੇ ਦੇ ਵਿੱਚ ਦੋ ਉਮੀਦਵਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਿੰਦਰ ਸਿੰਘ ਰਾਣਾ ਤੇ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਜੋਗਿੰਦਰ ਸਿੰਘ ਕਾਕੂਆਂ ਦੇ ਵਿਚਕਾਰ ਸਿੱਧਾ ਮੁਕਾਬਲਾ ਹੈ। ਲੋਕਾਂ ਦੀ ਰਾਏ ਕੀ ਹੈ ਤੇ ਲੋਕਾਂ ਦੇ ਮਸਲੇ ਕਿਨ ਹੈ, ਲੇਕਿਨ ਇਹਦੇ ਕੋਲੋਂ ਪਹਿਲਾਂ ਤੁਸੀਂ ਇਹ ਸੁਣਾਈ ਦੇ ਚਾ ਕਿ ਦੇਵਿੰਦਰ ਸਿੰਘ ਰਾਣਾ ਕਦੇ ਨੈਸ਼ਨਲ ਕਾਨਫਰੰਸ ਦੇ ਵਿੱਚ ਹੈ ਤੇ ਦੂਏ ਪਾਸੇ ਹੈ ਜਿਹੜੇ ਜੋਗਿੰਦਰ ਸਿੰਘ ਕਾਕੂਅਰ ਨੇ ਉਹ ਬੀਜੇਪੀ ਦੇ ਪੱਖੀ ਹੈ ਤੇ ਉਹਨੂੰ ਨੈਸ਼ਨਲ ਕਾਨਫਰੰਸ ਦੇ ਵਿੱਚ ਨੈਸ਼ਨਲ ਕਾਨਫਰੰਸ ਦੀ ਤਰਫਾ ਇਲੈਕਸ਼ਨ ਲੜਾ ਕਰਦੇ ਨੇ। ਦੋਨੇ ਦੇ ਵਿਚਕਾਰ ਕਦੇ ਹੀ ਟੱਕਰ ਚਲਾ ਕਰਦੀ ਹੈ। ਆਮ ਲੋਕਾਂ ਦੇ ਮਸਲੇ ਕਿਨ ਹੈ, ਨਗਰੋਟਾ ਅਸੈਂਬਲੀ ਹਲਕੇ ਦੇ ਜਿਹੜੇ ਲੋਕ ਨੇ, ਚਾਹੇ ਉਹ ਕਸਬੇ ਦੇ ਲੋਕ ਨੇ ਤੇ ਚਾਹੇ ਉਹ ਗ੍ਰਾਂ ਦੇ ਲੋਕ ਨੇ, ਉਹਦੇ ਕੰਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ। ਵੱਖ ਵੱਖ ਇਲਾਕੇ ਦੇ ਲੋਕਾਂ ਕਿਨ ਗੱਲਬਾਤ ਕਰੀਏ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਵੀ ਵਿਧਾਨ ਸਭਾ ਹਲਕਾ ਹੈ, ਅਗਰ ਅਸੀਂ ਉੱਥੇ ਜਾਚੇ ਤੇ ਉੱਥੇ ਸਿਰਫ ਇੱਕ ਖਾਸ ਜਗ੍ਹਾ ਪਰ ਨਹੀਂ ਬਲਕਿ ਵੱਖ ਵੱਖ ਇਲਾਕਿਆਂ ਦੇ ਲੋਕਾਂ ਕਿਨ ਗੱਲਬਾਤ ਕਰਚੇ, ਕਿਉਂਕਿ ਅੱਛੀ ਜੋ ਤਸਵੀਰ ਹੈ, ਜਿਹੜੀ ਸਹੀ ਤਸਵੀਰ ਹੈ ਉਹਦਾ ਪਤਾ ਲੱਗਿਆ ਜਾ ਸਕੇ। ਤਾਂ ਚਲੋ ਕਰਨੇ ਆ ਨਗਰੋਟਾ ਵਿਧਾਨ ਸਭਾ ਦੇ ਲੋਕਾਂ ਕਿਨ ਗੱਲਬਾਤ। ਅਗਲੀ ਇਲੈਕਸ਼ਨ ਦੇ ਬਾਰੇ ਦੱਸੋ, ਨਗਰੋਟਾ ਕੀ ਚਲਾ ਹੋਇਆ? ਨਗਰੋਟਾ ਠੀਕ ਹੈ, ਠੀਕ ਪੋਜੀਸ਼ਨ ਚਲਾ ਰਹੀ ਹੈ। ਕਾਕੂ ਕੋਈ 20 ਦੀ ਰੇਂਜ ਚ ਜਾਂਦੀ ਤੇ ਬਹੁਤ ਬੜਾ ਉਹਦੇ ਲਈ ਆ, ਉਹਦੇ ਉੱਪਰ ਨਹੀਂ ਆ। ਰਾਣਾ ਸਾਹਿਬ ਹੁੰਦੇ ਕੀ ਇੱਥੇ ਕੰਮ ਕਾਜ ਛੱਲ ਕੀਤੇ ਨੇ? ਠੀਕ ਕੰਮ ਕੀਤੇ, ਅੱਛੇ ਬੰਦੇ ਨੇ। ਕੀ ਕੀ ਕੰਮ? ਠੀਕ ਕੰਮ ਕੀਤੇ, ਅੱਛੇ ਕੰਮ ਕਰਦੇ, ਜਿਹੜਾ ਵੀ ਕੋਈ ਜਾਂਦਾ ਹਰ ਬੰਦੇ ਦੀ ਗੱਲ ਸੁਣਦੇ ਨੇ, ਮੂੰਹ ਨਹੀਂ ਫੇਰਦੇ ਹਨ। ਹੋਰ ਸਰ ਲੋਕ ਦੇ ਮਸਲੇ ਕਿਨ ਹੈ? ਬਿਜਲੀ, ਸੜਕ, ਪਾਣੀ ਕਿ? ਬਾਜ਼ਾਰ 'ਚ ਤਾਂ ਕੋਈ ਮਸਲੇ ਨਹੀਂ, ਸਭ ਕੁਛ ਹੈ ਇੱਥੇ। ਅੱਛਾ, ਬਾਕੀ ਪਿੰਡਾਂ 'ਚ ਹੁੰਦਾ ਤੁਸੀਂ ਪਤਾ ਮਸਲੇ ਜਿਹੜੇ ਹੈ, ਸਭ ਕੁਛ ਠੀਕ ਹੈ। ਕਦੋਂ ਕੀ ਨਾਂ ਤੁਹਾਡਾ? ਮੇਰਾ ਨਾਂ ਕਾਮੀ ਰਾਮ ਹੈ। ਹਾਂਜੀ, ਕਾਮੀ ਰਾਮ। ਅੱਛਾ, ਕਾਮੀ ਰਾਮ। ਅਤੇ ਚਾਚੂ ਕੀ ਲੱਗਾ ਇੱਥੇ ਨਗਰੋਟਾ ਕਿਹਦਾ ਮੋਲ ਹੈ? ਮੇਰੇ ਘਰ ਸ਼ਿਵ ਹੈ। ਹਾਂਜੀ, ਆਹੋ ਵੋਟ ਮਤਲਬ ਜਿਹੜਾ ਤੁਹਾਡਾ ਜਿਹੜਾ ਹਲਕਾ ਹੈ, ਵਿਧਾਨ ਸਭਾ ਹਲਕਾ, ਉਹ ਤਾਂ ਨਗਰੋਟਾ ਹੈ ਨਾ? ਕੀ ਤੁਹਾਡੇ ਇਲਾਕੇ 'ਚ ਕੀ ਮੋਲ ਲੱਗਾ ਹੈ? ਮੋਲ ਇਹ ਰਾਣਾ ਹੀ ਦਾ ਦੇਣਾ। ਹਾਂਜੀ। ਅੱਛਾ, ਰਾਣਾ ਜੀ। ਹਾਂ, ਉਹ ਕੀ ਗੱਲ? ਬਸ ਉਹ ਕੰਮ ਕਰਦਾ ਸਾਰਾ, ਜਿਹੜਾ ਜਾਵੇ ਤਾਂ ਸਾਰਾ ਕੰਮ ਹੋ ਜਾਂਦਾ। ਜਿਸਲੇ ਵੀ ਚਾਚਾ ਕੰਮ ਹੋ ਜਾਂਦਾ ਤੁਹਾਡਾ? ਬਿਲਕੁਲ ਹੋ ਜਾਂਦਾ। ਤੁਸੀਂ ਵੀ ਕੀ ਕਰੀ? ਮੈਂ ਵੀ ਕੀਤਾ ਜੀ। ਤੁਸੀਂ ਕੀ ਕੰਮ ਕਰਾਇਆ? ਉਹ ਟਰਾਂਸਫਾਰਮ ਚੜਾਇਆ ਇੱਕ। ਅੱਛਾ, ਟਰਾਂਸਫਾਰਮ ਲਵਾਇਆ ਤੁਸੀਂ? ਹਾਂ, ਸ਼ਿਬੇ। ਅੱਛਾ, ਸ਼ਿਬੇ ਗ੍ਰਾਂ। ਹਾਂ। ਅੱਛਾ, ਤੁਸੀਂ ਗਏ ਉਹਦੇ ਕੋਲ ਤੇ ਰਾਣਾ ਸਾਹਿਬ ਹੋਰਾਂ ਲਵਾਈ ਉਡਾ ਟਰਾਂਸਫਰ? ਹਾਂ, ਲਵਾਈ ਉਡਾ, ਤ੍ਰੀਜੇ ਦਿਨ ਲਵਾਈ ਗਿਆ। ਤ੍ਰੀਜੇ ਦਿਨ ਲਵਾਈ ਉਡਾ। ਅੱਛਾ, ਹੋਰ ਕੀ ਮਸਲੇ ਨੇ ਤੁਹਾਡੇ ਇਲਾਕੇ ਦੇ? ਗ੍ਰਾਂ ਦੇ ਬਿਜਲੀ, ਸੜਕ, ਪਾਣੀ ਖਰਾ ਤੋਂ ਆਦਾ? ਬਿਜਲੀ ਵੀ ਲੱਗੀ ਦੀ ਹੈ। ਅੱਛਾ, ਇੱਕ ਰੋਡ ਬਣਾਉਣਾ ਥੋੜ੍ਹਾ ਜਿਹਾ। ਅੱਛਾ, ਥੋੜ੍ਹਾ ਜਿਹਾ ਰੋਡ ਹੈ? ਹਾਂ, ਗੈਲ ਹੈ ਇੱਕ। ਅੱਛਾ, ਇੱਕ ਗੈਲ ਹੈ। ਹਾਂ, ਬਾਕੀ ਕੰਮ ਕਾਜ ਠੀਕ ਹੋ? ਬਾਕੀ ਠੀਕ ਹੈ। ਰਾਣਾ ਸਾਹਿਬ ਦਾ ਮੁਕਾਬਲਾ ਕੁਦੇ ਕਰਨਾ ਹੈ? ਲੱਗਾ ਤਾਂ ਕੋਈ ਉਮੀਦਵਾਰ ਕੋਈ ਮੁਕਾਬਲੇ 'ਚ? ਅਸਾਂ ਪੜ ਬੰਦੇ ਆ ਹੀ, ਕੋਈ ਪਤਾ ਨਹੀਂ ਕੌਣ ਹੈ ਕੌਣ ਨਹੀਂ, ਅਸੀਂ ਉਹ ਸਹੀ ਹੈ। ਅੱਛਾ, ਤੁਸੀਂ ਸਿਰਫ ਰਾਣਾ ਸਾਹਿਬ ਦਾ ਪਤਾ ਹੈ? ਬਸ, ਰਾਣਾ ਸਾਹਿਬ ਦਾ ਪਤਾ। ਇਲੈਕਸ਼ਨ ਦੇ ਬਾਰੇ ਸੁਣਾਓਗੇ? ਅੱਛਾ, ਇਲੈਕਸ਼ਨ ਆਈ ਇਹਦੇ ਨੇ ਕਿ ਮਾਹੌਲ ਲੱਗਾ ਇੱਥੇ ਨਗਰੋਟਾ ਕੋਦਾ ਮਾਹੌਲ ਹੈ? ਨਗਰੋਟਾ ਇੱਕ ਦਵਿੰਦਰ ਰਹਿਣਾ ਦਾ ਮੈਂ, ਬੀਜੇਪੀ ਦਾ। ਅੱਛਾ, ਹਾਂਜੀ ਜੀ। ਉਹ ਕੀ ਗੱਲ ਭਲਾ? ਠੀਕ, ਅੱਛਾ ਅੱਛਾ ਇਨਸਾਨ, ਅੱਛਾ ਕਰਦੇ ਅੱਜ ਦੇ। ਤੁਹਾਡਾ ਕੰਮ ਕਾਜ ਠੀਕ ਚਲਾ? ਹਾਂ, ਠੀਕ ਹੈ। ਹੋਰ ਕੀ ਮਸਲੇ ਨੇ ਇੱਥੇ ਲੋਕਾਂ ਦੇ? ਮਸਲੇ ਜੀ, ਰਸਤੇ ਰੁਸਤੇ, ਰੋਡ ਰਾਡ ਥੋੜ੍ਹਾ ਖਰਾਬ ਹੈ ਬੜਾ, ਇੱਥੋਂ ਗੇਟ ਢੋਕੇ ਤੱਕ ਚੱਕ ਵਾਲੇ ਰੋਡ ਵੀ ਖਰਾਬ ਹੈ। ਅੱਛਾ, ਹਾਂ। ਕੰਮ ਕਾਜ ਹੋਏ ਨੇ ਪਿਛਲੇ ਕਿਸੇ ਸਾਲਾਂ ਜੀ ਇੱਧਰ?
ਡਿਵੈਲਪਮੈਂਟ ਦਾ ਕੰਮ ਡਿਵੈਲਪ ਗਲੀ ਗੁਲੀਆਂ ਕੰਮ ਹੋਇਆ ਮਾੜਾ ਮੋਟਾ। ਅੱਛਾ ਹੋਏ ਨੇ। ਹਾਂਜੀ ਹਾਂਜੀ। ਅੱਛਾ ਤੇ ਹੋਰ ਕੋਈ ਕੋਈ ਟੱਕਰ ਲੱਗਾ ਜੀ ਇੱਥੇ ਰਾਣਾ ਸਾਹਿਬ ਵੀ ਖੁਦੇ ਕਰਨਾ ਟੱਕਰ ਇਹਦੇ ਕਾਕੂ ਕੰਨੇ ਨੇ। ਅੱਛਾ ਹਾਂਜੀ ਤੇ ਜੇ ਜ਼ੋਰ ਕੋਦਾ ਹੈ ਜ਼ੋਰ ਕੋਦਾ ਜ਼ੋਰ ਇਹ ਦਵਿੰਦਰ ਰਾਣਾ ਦਾ। ਅੱਛਾ ਹਾਂਜੀ ਉਹ ਕੀ ਗੱਲ ਚੱਕਰ ਹੈ ਭਲਾ ਅੱਛੇ ਇਨਸਾਨ ਐਸੇ ਚੱਲ ਗਏ। ਅੱਛਾ ਹਾਂਜੀ ਕੋਦਾ ਜ਼ੋਰ ਚਲਾ ਦਾ ਹੈ ਪੇਪਰ ਗੁੱਸੀ ਲੈਣੇ। ਹਾਂਜੀ ਜ਼ੋਰ ਚਲਾਉਂਦਾ ਕਾਕੂ ਹੋਰ ਸ਼ਾਲ ਕੰਮ ਕਾਜ ਕੀਤਾ ਪਤਾ ਨੀ ਅਸੀਂ ਹੁਣ ਜੀਆਂ ਆਖਾ ਦੇਣ ਬਾਈ। ਅੱਛਾ ਅੱਛਾ ਹੋਰ ਤੁਹਾਡੇ ਕੀ ਮਸਲੇ ਨੇ ਬਿਜਲੀ ਛਿੜਕ ਪਾਣੀ ਕੋਈ ਟਾਈਮ ਦਾ ਸਾਡੀ ਛਿੜਕ ਤਾਂ ਹੈ ਨੀ ਦੇਖੀ ਲੋ ਚੱਕ ਦਾ ਕਰ। ਅੱਛਾ ਹਾਂ ਪਾਣੀ ਬੁਰਾ ਹਾਲ। ਅੱਛਾ ਹਾਂ ਜੀਆਂ ਜੀਆਂ ਖੱਡ ਹੁੰਦੀ। ਅੱਛਾ ਹਾਂ ਮਤਲਬ ਸਮੱਸਿਆ ਬੜੀਆਂ ਨੇ ਫਿਰ ਬਹੁਤ ਬਹੁਤ ਉਹ ਨਹੀਂ ਕੋਈ ਗੱਡੀ ਨਹੀਂ ਲੱਗੀ ਦੀ ਥੱਲੇ। ਅੱਛਾ ਇਆਂ ਖੱਡ ਪਈ ਦੀ ਇਆਂ ਜੀਆਂ ਖੱਡ ਹੁੰਦੀ। ਹਾਂ ਪਾਣੀ ਗਲੀਆਂ ਦਾ ਪਾਣੀ ਇਆਂ ਰੁਲਾ ਬੱਚੇ ਸਕੂਲ ਜਾਂਦੇ ਇੰਨੀ ਮੁਸ਼ਕਲ ਹੈ। ਕੀ ਲੋਕ ਆਖਦੇ ਮਾਰੇ ਬੜੇ ਸ਼ਹਿਰ ਕੰਮ ਹੋਏ ਨੇ ਇੱਥੇ ਦੇਖੋ ਨਾ ਥੋੜਾ ਤੇ ਦੂਰ ਹੈ। ਅੱਛਾ ਹਾਂ ਉਧਰ ਵੀ ਜੰਨੇ ਆ। ਹਾਂ ਥੋੜਾ ਤੇ ਦੂਰ ਹੈ ਚੱਕ ਤੇ ਫਿਰ ਜਾਓ ਪਤਾ ਚੱਲ ਜਾਂਦਾ ਰਸਤਾ ਕਿਨੇ ਆ। ਠੀਕ ਹੈ ਠੀਕ ਹੈ। ਹਾਂਜੀ ਵਿਜਾ ਸਾਗਰ। ਹਾਂਜੀ ਵਿਜਾ ਸਾਗਰ ਤੇ ਬਾਜੂ ਕੀ ਲੱਗਾ ਤਾਂ ਮੋਲ ਮੋਲ ਨਗਰੋਟਾ ਆ ਕੇ ਗੱਲ ਕਰਚੇ ਬਹੁਤ ਠੀਕ ਹੈ ਲੈ ਮੋਲ ਠੀਕ ਹੈ ਆਓ ਮੇਰਾ ਮੋਦੀ ਸਰਕਾਰ ਦੀ ਜੈ ਜੈਕਾਰ ਹੈ ਤੇ ਮੋਦੀ ਰਾਣਾ ਸਾਹਿਬ ਦੀ ਜੈ ਜੈਕਾਰ ਚਲਾ ਗਈ। ਅੱਛਾ ਰਾਣਾ ਸਾਹਿਬ ਦੀ ਚਲਾ ਗਈ ਉਹ ਕੀ ਚੱਕਰ ਹੈ ਭਲਾ ਰਾਣਾ ਸਾਹਿਬ ਦੀ ਗੈਂਗ ਚਲਾ ਦੀ ਸਭ ਹੁੰਦੇ ਸਾਰ ਲੋਕੇ ਬੰਦੇ ਗੱਲਬਾਤ ਕਰਦੇ ਸਾਰਾ ਕੰਮ ਕਾਜ ਵੀ ਕਰਦੇ। ਅੱਛਾ ਹਾਂ ਤੁਹਾਡੇ ਇਲਾਕੇ ਕੀ ਕੰਮ ਕਾਜ ਕੀਤੇ ਹੁਣ ਇਹ ਪਾਰਕ ਬਣਾਇਆ ਫਿਰ ਲੱਗੀ ਕਿਸੇ ਪਾਰਕ। ਹਾਂ ਅੱਛਾ ਰਾਣਾ ਸਾਹਿਬ ਹੋਰ ਬਣਾਇਆ ਉਹ ਵੀ ਕਰਦੇ ਰਹਿੰਦੇ। ਅੱਛਾ ਹਾਂ ਹੋਰ ਕੀ ਮਸਲੇ ਨੇ ਤੁਹਾਡੇ ਗ੍ਰਾਮ ਦੇ ਸਾਰਾ ਮਸਲਾ ਇਹ ਪਾਣੀ ਸ਼ਾਣੀ ਦਾ ਮਸਲਾ ਪਹਿਲੇ ਪਾਣੀ ਦੇ ਆਪੇ ਆਉਂਦਾ ਵੀ। ਅੱਛਾ ਕਮਾ ਪਾਣੀ ਪਾਣੀ ਛੜੀ ਮਿੱਟੀ ਆਉਂਦੀ ਹੈ ਪਾਣੀ ਨਹੀਂ ਆਉਂਦਾ ਪੀਣੇ ਵਾਲਾ ਸ਼ਾਇਦ ਪੀਣੇ ਵਾਲਾ ਪਾਣੀ ਸ਼ਾਲ ਨਹੀਂ ਹੈ। ਅੱਛਾ ਤੇ ਤੁਸੀਂ ਲੱਗਦਾ ਹੈ ਕਿ ਆਣੇ ਵਾਲੇ ਟਾਈਮ 'ਚ ਉਹ ਮਸਲੇ ਹੱਲ ਹੋਈ ਜਾਂਗੇ ਤੁਹਾਡੇ ਉਹ ਇੱਥੇ ਉਹਦਾ ਰਾਣਾ ਸਾਹਿਬ ਬੱਚੇ ਜਾਂ ਹੁੰਦੇ ਸਾਰੇ ਲੋਕਾਂ ਜਾਂ ਮਿਨਿਸਟਰ ਗੋਹਨ ਦਾ। ਅੱਛਾ ਅਫਸਰ ਗੋਹਨ ਦਾ ਜਿਹੜਾ ਪਬਲਿਕ ਦੇ ਬਾਬਾ ਆਪਣੇ ਮਿਲਾਦ ਕਿੰਨੇ ਗੱਲ ਕਰੇ ਰਾਣਾ ਸਾਹਿਬ ਪਬਲਿਕ ਚਾਹੁੰਦੇ ਨੇ ਤੇ ਉਹਦਾ ਮੁਕਾਬਲਾ ਕੁੰਦੇ ਕਰਨਾ ਹੈ ਮਗੇ ਥੋੜੂ ਕਰਨੇ ਕਾਕੂ ਹੁੰਦੇ ਕਰਨਾ ਹੈ ਨਾ ਇਹ ਜੋਗਿੰਦਰ ਸਿੰਘ ਕਾਕੂ ਹੁੰਦੇ ਕਰਨਾ ਜੋਗਿੰਦਰ ਸਿੰਘ ਕਾਕੂ ਜੋਗਿੰਦਰ ਸਿੰਘ ਕਾਕੂ ਹੋਰ ਵੀ ਪਹਿਲਾਂ ਬੀਜੇਪੀ 'ਚ ਹੁਣ ਐਨਸੀ 'ਚ ਤੇ ਰਾਣਾ ਸਾਹਿਬ ਪਹਿਲਾਂ ਐਨਸੀ 'ਚ ਹੁਣ ਉਹ ਬੀਜੇਪੀ 'ਚ ਆਈ ਦੇ ਨੇ ਕਾਕੂ ਸੀ ਆਏ ਨਹੀਂ। ਅੱਛਾ ਇੱਥੇ ਨਹੀਂ ਆਇਆ ਹੁਣ ਤੱਕ ਆਏ ਨਹੀਂ ਤੇ ਅੱਗੇ ਆਉਣ ਦਾ ਪਤਾ ਨਹੀਂ ਡੀਡੀਸੀ ਮੈਂਬਰ ਵੀ ਰਹੇ ਨੇ ਉਹ ਹਾਂ ਡੀਡੀਸੀ ਮੈਂਬਰ ਵੀ ਰਹੇ ਉਹ ਕਦੇ ਉਹ ਵੀ ਆਉਂਦੇ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਰਹੇ ਕੋਈ ਕੰਮ ਕਾਜ ਬੜੇ ਘੱਟ ਗਿਆ ਹੈ। ਅੱਛਾ ਹਾਂ ਰਾਣਾ ਸਾਹਿਬ ਮਦੇ ਵਾਰੀ ਆਉਂਦੇ ਰਾਣਾ ਸਾਹਿਬ ਕਿਸੇ ਮਰਨ ਦਾ ਡਰ ਹੋਇਆ ਅਫਸੋਸ ਤੇ ਗਦਰੀਆ ਉੱਥੇ ਵੀ ਆਉਂਦੇ ਅੱਛਾ ਤੁਸੀਂ ਸੁਣਾਓ ਤੁਸੀਂ ਸੁਣਾਓ ਚਾਚੂ ਜੀ। ਹਾਂ ਕੀ ਚੱਲਦਾ ਇੱਧਰ ਨਗਰੋਟਾ ਇੱਥੇ ਗੱਲ ਇਹ ਹੈ ਕਿ ਰਾਣਾ ਸਾਹਿਬ ਦਾ ਗਿਆ ਸਿਲਸਿਲਾ। ਅੱਛਾ ਕਿਉਂਕਿ ਰਾਣਾ ਸਾਹਿਬ ਵੀ ਕੈਸੇ ਨੇਤਾ ਨੇ ਸਾਡੇ ਜਿਹੜੇ ਆਮ ਪਬਲਿਕ ਦੇ ਵਿੱਚ ਜਾਂਦੇ ਨੇ ਲੋਕਾਂ ਦੀ ਗੱਲ ਸੁਣਦੇ ਨੇ। ਅੱਛਾ ਔਰ ਕੰਮ ਵੀ ਕਰਦੇ ਨੇ। ਅੱਛਾ ਇੱਥੇ ਉਹਨੇ ਸਾਡੇ ਨਗਰੋਟਾ ਰਾਣਾ ਸਾਹਿਬ ਦੇ ਸਿਵਾਏ ਅਸੀਂ ਕੋਈ ਕੰਮ ਦਿਖਿਆ ਨਹੀਂ ਹੈ। ਅੱਛਾ ਇਹਦੇ ਗਲੀਆਂ ਦੇ ਵੀ ਪੈਸੇ ਬਣਾਈਆਂ ਪਾਰਕ ਬਣਾਇਆ ਇੱਥੇ ਲੋਕੀ ਇੱਥੇ ਪੁਲਿਸ ਦਾ ਕੈਂਪ ਲਵਾਇਆ ਉਹਦੇ ਚ ਬੱਚੇ ਨੌਕਰੀਆਂ ਮਿਲੀਆਂ ਨੌਕਰੀ ਮਿਲ ਰਾਣਾ ਸਾਹਿਬ ਨਹੀਂ ਰਾਣਾ ਸਾਹਿਬ ਨੇ ਲਵਾਈਆਂ ਜਾਂ ਲੇਕਿਨ ਕੈਂਪ ਉਹਨੇ ਲਵਾਇਆ ਕੈਂਪ ਲਵਾਇਆ ਹਾਂਜੀ ਉਹਨੇ ਮਦਦ ਕੀਤੀ ਮਦਦ ਜ਼ਰੀਆ ਬਣੇ ਉਹ ਹਾਂਜੀ ਹਾਂਜੀ ਤੇ ਕੋਈ ਆਮ ਆਦਮੀ ਉਹਦੇ ਕੋਲ ਜਾ ਉਹਦੀ ਗੱਲ ਸੁਣਦੇ ਨੇ। ਅੱਛਾ ਹਾਂਜੀ
ਗੱਲ ਸੁਣੀ ਔਰ ਉਹ ਕੀਤੀ ਵੀ ਮਤਲਬ ਉਸੀ ਪ੍ਰੈਕਟੀਕਲ ਵੀ ਕਰਦੇ ਨੇ। ਇਹ ਨੀ ਹੈ ਕਿ ਲੋਕਾਂ ਦੀ ਗੱਲ ਸੁਣੀ ਹੈ ਤੇ ਇੱਕ ਕੰਨਾਂ ਦਾ ਸੁਣੀ ਤੇ ਦੂਏ ਚ ਕੱਢੀ ਉੜੀ, ਬਾਕੀ ਤੇ ਅਸੀਂ ਕੋਈ ਨੇਤਾ ਲੱਭਾ ਨੀ। ਦੇਖੋ ਇਲੈਕਸ਼ਨ ਹੈ ਬੜੇ ਜਿਹੜੇ ਮੁਕਾਬਲੇਬਾਜ਼ ਨੇ, ਕਾਕੂ ਅਜੇ ਤੱਕ ਕੋਈ ਵੀ ਨੀ ਆਇਆ ਇੱਥੇ, ਹਾਂਜੀ, ਤੇ ਨਾ ਅਸ ਲੋਕ ਉਹਨੇ ਕੋਈ ਪਰਸਨਲੀ ਜਾਣਦੇ ਆ, ਕਿਉਂਕਿ ਡੀ ਡੀ ਸੀ ਮੈਂਬਰ ਵੀ ਰਹੇ, ਕੰਮ ਹੀ ਇੱਥੇ ਕੋਈ ਉਹਦੇ ਦਰਸ਼ਨ ਨਹੀਂ ਹੋਏ, ਹਾਂਜੀ। ਤੇ ਇਹ ਐਮ ਐਲ ਏ ਵੀ ਇਹ ਵੈਸੇ ਵੀ ਇਹ ਤਕਰੀਬਨ ਹਫਤੇ 10 ਦਿਨ ਚ ਚੱਕਰ ਲਾਉਂਦੇ ਰਹਿੰਦੇ ਨੇ, ਪਹਿਲੇ ਐਨ ਸੀ ਚ ਇਹ, ਹਾਂਜੀ, ਹੁਣ ਬੀਜੇਪੀ ਚ ਕੀਤਾ ਤੇ ਨਾ ਖਰਾ ਕੀਤਾ ਇਹ ਪਾਰਟੀ ਪਾਰਟੀ ਬਦਲੀ ਹੈ। ਨਹੀਂ ਉਹ ਇਹਦੀ ਆਪਣੀ ਸੋਚ ਹੈ, ਉਹਨੇ ਹੀ ਅੱਛਾ ਲੱਗਾ ਤਾਂ ਹੋਈ ਸਕਦਾ ਪਾਰਟੀ ਬਦਲੀ ਹੋਏ ਨੇ ਜੰਮੂ ਦੇ ਹਿੱਤ ਵਾਸਤੇ ਜਾਂ ਸੋਚਦੇ ਹੋਣ ਹੈ ਕਿ ਜੰਮੂ ਦੇ ਲੋਕੀ ਮੇਰੇ ਬੀਜੇਪੀ ਚ ਆਉਣੇ ਫਾਇਦਾ ਹੈ ਜਾਂ ਮੈਂ ਇਹਨੇ ਹੀ ਕੋਈ ਅੱਛਾ ਮਤਲਬ ਪ੍ਰੋਗਰੈਸ ਦੇਈ ਸਕਦਾ ਜਾਂ ਲੋਕਾਂ ਦੇ ਜ਼ਿਆਦਾ ਕੰਮ ਕਰੀ ਸਕਦਾ। ਤੇ ਇਸ ਕਰੀ ਇਹ ਹੈ ਕਿ ਇਹਦਾ ਕੋਈ ਉਹ ਨਹੀਂ, ਮੁਕਾਬਲਾ ਨਹੀਂ ਹੈ, ਹਾਂਜੀ। ਤੇ ਲੋਕ ਜਨਤਾ ਵੀ ਇਹ ਸੋਚਦੀ ਹੈ, ਬਾਕੀ ਗ੍ਰਾਂ ਚ ਪਰੇਸ਼ਾਨੀਆਂ ਤੇ ਹੁੰਦੀਆਂ ਨੇ, ਇੱਥੇ ਬੜੀ ਵੱਡੀ ਪਰੇਸ਼ਾਨੀ ਹੈ, ਪਾਣੀ ਟਾਈਮ ਦਾ ਨਹੀਂ ਆਉਂਦਾ। ਅੱਛਾ, ਦੂਆ ਮੰਕੀ ਬੜੇ ਨੇ ਇੱਥੇ, ਹਾਂ, ਇੰਨੇ ਜ਼ਿਆਦਾ ਹੈ, ਮਸਲਾ ਬਣੀ ਦਾ ਹੈ, ਉਹ ਇੱਕ ਮਸਲਾ ਹੈ, ਇੱਕ ਸਿਚੁਏਸ਼ਨ ਹੈ, ਬੱਚੇ ਜਾ ਹੀ ਨਹੀਂ ਸਕਦੇ, ਜਨਾਨੀਆਂ ਜਾ ਹੀ ਨਹੀਂ ਸਕਦੀਆਂ ਬਾਹਰ, ਅੰਦਰੇ ਵੜਦੇ ਨੇ, ਹਾਂਜੀ। ਤੇ ਬਣੀ ਆਂਗਨ ਹੈ ਤੇ ਇਹ ਵੀ ਮਸਲੇ ਉਹਨੇ ਹੱਲ ਕਰਨੇ ਉਹਦੀ। ਥੋੜਾ ਇਲੈਕਸ਼ਨ ਦੇ ਬਾਰੇ ਦੱਸੋ, ਇਲੈਕਸ਼ਨ ਦਾ ਮਾਹੌਲ ਠੀਕ ਚਲਾ ਸਰ ਇੱਧਰ, ਹਾਂ, ਕਾਫੀ ਅੱਛਾ ਚਲਾ ਦਾ। ਇੱਥੇ ਦੋ ਬੰਦੇ ਦੀ ਟੱਕਰ ਆ, ਨੈਸ਼ਨਲ ਕਾਨਫਰੰਸ ਔਰ ਬੀਜੇਪੀ ਦੀ, ਪਰ ਮੀਂਹ ਜਿੱਥੇ ਤੱਕ ਲੱਗਦਾ ਨੈਸ਼ਨਲ ਕਾਨਫਰੰਸ ਥੋੜ੍ਹੀ ਭਾਰੀ ਪਵਾ ਰਹੀ ਹੈ ਬੀਜੇਪੀ ਉੱਪਰ, ਆਪਣੇ ਜੋਗਿੰਦਰ ਸਿੰਘ ਕਾਕੂ ਭਾਰੀ ਪਵਾ। ਜੋਗਿੰਦਰ ਸਿੰਘ ਕਾਕੂ ਦਾ ਮਾਰੇ ਅੰਦਰੂਨੀ ਬੜਾ ਅੱਛਾ ਉਹਦਾ ਨੈਟਵਰਕ ਚਲਾ ਵਾ, ਬੜਾ ਉਹ ਹੈ, ਔਰ ਨੈਸ਼ਨਲ ਕਾਨਫਰੰਸ ਦਾ ਆਪਣਾ ਜਿਹੜਾ 20-25 ਹਜ਼ਾਰ ਬੋਰਡ ਆ ਉਹ ਤਾਂ ਉਹਦਾ ਹੈਗਾ, ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ। ਦੂਆ ਇੱਥੇ ਜਿਹੜੇ ਵੀ ਕੰਮ ਹੋਏ ਦੇ ਨੈਸ਼ਨਲ ਕਾਨਫਰੰਸ ਦੇ ਟਾਈਮ ਦੇ ਹੋਏ ਦੇ ਨੇ, ਜਿਹੜੇ ਵੀ ਕੰਮ ਹੋ ਗਏ। ਮਤਲਬ ਕਿ ਤੁਹਾਡੀ ਨਜ਼ਰ 'ਚ ਐਨ ਸੀ ਦਾ ਪਲੜਾ ਭਾਰੀ ਹੈ? ਨਹੀਂ ਲੱਗਦਾ ਐਨ ਸੀ ਦਾ ਪਲੜਾ ਨਹੀਂ ਭਾਰੀ, ਸਟੇਟ ਦੇ ਵਿੱਚ ਗੌਰਮੈਂਟ ਗੈ ਐਨ ਸੀ ਕਾਂਗਰਸ ਦੀ ਬਣਨੀ ਜਾ ਰਹੀ ਹੈ। ਤੇ ਅਗਰ ਨਗਰੋਟਾ ਦੀ ਗੱਲ ਕਰਚਾ ਤੇ ਪਿਛਲੇ ਕੁਛ ਵਰ੍ਹੇ 'ਚ ਸਾਲੇ 'ਚ ਇੱਥੇ ਕੰਮਕਾਜ ਹੋਏ ਨੇ ਭਲਾ ਡਿਵੈਲਪਮੈਂਟ ਤੇ? ਕੰਮਕਾਜ ਹੋਏ, ਬੜੇ ਅੱਛੇ ਕੰਮਕਾਜ ਹੋਏ, ਅਸ ਨਹੀਂ ਆਖਦੇ ਨਹੀਂ ਕੰਮਕਾਜ ਹੋਏ, ਪਰ ਉਹ ਐਨ ਸੀ ਦੇ ਦੌਰਾਨ। ਅੱਛਾ, ਬੀਜੇਪੀ ਦੇ ਦੌਰਾਨ ਕੋਈ ਕੰਮ ਨਹੀਂ ਹੋਇਆ ਇੱਥੇ ਦੇ ਲਈ। ਰਾਣਾ ਸਾਹਿਬ ਵੀ ਐਨ ਸੀ 'ਚ ਰਹੇ? ਰਾਣਾ ਸਾਹਿਬ ਵੀ ਐਨ ਸੀ 'ਚ ਰਹੇ, ਅਸ ਰਾਣਾ ਸਾਹਿਬ ਕੀ ਐਪਰੀਸ਼ੀਏਟ ਕਰਦੇ ਹਾਂ, ਕੋਈ ਐਸੀ ਗੱਲ ਨਹੀਂ ਹੈ, ਪਰ ਕੰਮ ਉਹਨੇ ਹੋਲਾ ਕੀਤੇ ਜੇ ਐਨ ਸੀ 'ਚ ਇਹ। ਹਾਂਜੀ, ਹੁਣ ਤਾਂ ਲੋਕਾਂ ਦੇ ਕੀ ਮਸਲੇ ਨੇ ਇੱਥੇ ਭਲਾ? ਬਿਜਲੀ, ਸੜਕ, ਪਾਣੀ ਠੀਕ ਤੋਂ ਆ ਲੋਕਾਂ? ਬੜੀਆਂ ਪ੍ਰੋਬਲਮ ਨੂੰ, ਬਿਜਲੀ ਪਾਣੀ ਕੋਈ ਏਡੀ ਵੱਡੀ ਕੋਈ ਖਾਸ ਸਮੱਸਿਆ ਕੋਈ ਹੱਲ ਹੋਈ ਦੀ ਨਹੀਂ ਹੈ। ਲੋਕਾਂ ਛੋਟੇ ਮੋਟੇ ਮਸਲੇ ਬੜੇ ਨੇ ਜਿਹੜੇ ਬੜੇ ਕਾਰਨ, ਕੋਈ ਐਸੀ ਗੱਲ ਨਹੀਂ ਹੈ ਕਿ ਸਾਰੇ ਮਸਲੇ ਹੱਲ ਹੋਏ ਦੇਣ ਜਾਂ ਉਹ ਬਾਕੀ ਦਿੱਕਤ ਆ। 10 ਸਾਲਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬੇਰੋਜ਼ਗਾਰੀ ਵਧੀ, ਮਹਿੰਗਾਈ ਦਾ ਜਿਹੜਾ ਨਾ ਸਤਰ ਬੜਾ ਉਹ ਹੈ, ਤੇ ਗਰੀਬ ਗਰੀਬ ਹੋਇਆ, ਅਮੀਰ ਅਮੀਰ ਹੋਇਆ। ਮੈਂ ਇਹਦੀ ਗੱਲ ਥੋੜ੍ਹਾ ਸਹਿਮਤ ਹਾਂ, ਥੋੜ੍ਹਾ ਨਹੀਂ ਵੀ ਹੈ। ਦੇਖੋ ਪਹਿਲੇ ਇਹ ਨਗਰੋਟਾ ਕਾਂਸਟੀਚੁਐਂਸੀ 1975 'ਚ ਜਿੰਦਰਾ ਗਰੋਟਾ ਕਾਂਸਟੀਚੁਐਂਸੀ, ਉਸ ਵੇਲੇ ਠਾਕਰ ਰਣਜੀਤ ਸਿੰਘ ਹੋਰ ਆਏ ਸੀ ਇੱਥੇ ਐਮ ਐਲ ਏ। ਉਹਨੇ ਜਿੱਥੇ ਜਿਹੜਾ ਜਿਹੜਾ ਪ੍ਰੋਮਿਸ ਕੀਤਾ ਉਹ ਫੁਲਫਿਲ ਕੀਤੇ। ਉਸ ਵੇਲੇ ਦਾ ਬਜਟ ਅਤੇ ਅੱਜ ਦਾ ਬਜਟ 'ਚ ਕਿੰਨਾ ਫਰਕ ਹੈ, ਤੁਸੀਂ ਵੀ ਬਿਹਤਰ ਜਾਣਦੇ ਹੋ ਇਸ ਗੱਲ ਲਈ। ਅੱਛਾ, ਅਗਰ ਅੱਜ ਦਾ ਐਮ ਐਲ ਏ ਕੁਛ ਨਹੀਂ ਕਰਾਂਗਾ, ਉਸ ਵੇਲੇ ਐਮ ਐਲ ਏ ਡਾਕਟਰ ਵੀ ਲਵਾਉਂਦੇ ਸੀ, ਇੰਜੀਨੀਅਰ ਵੀ ਬਣਾਉਂਦੇ ਸੀ,
ਤੇ ਕੰਸਟੀਚੁਐਂਸੀ ਚ ਬੜਾ ਬੜਾ ਪਾਉਂਦ ਆ ਕੇ ਅਸੀਂ ਵੀ ਸਾਡੇ ਕੰਸਟੀਚੁਐਂਸੀ ਦਾ ਇੱਕ ਡਾਕਟਰ ਹੈ, ਇੱਕ ਇੰਜੀਨੀਅਰ ਹੈ, ਹੁਣ ਇੱਥੋਂ ਉਹਦੇ ਬਾਅਦ ਇੱਥੋਂ ਦੀ ਮਤਲਬ ਜਿਹੜੀ ਪੋਲੀਟੀਸ਼ੀਅਨ ਹੈ ਉਹ ਇੰਨੀ ਗੰਦੀ ਹੋਈ ਚੁੱਕੀ ਦੀ ਇਸ ਲਈ ਅਮੀਰ ਗੈ ਸਿਆਸਤਦਾਨ ਹੈ, ਗਰੀਬ ਕੋਈ ਨਹੀਂ ਕੈਂਡੀਡੇਟ ਆ ਵਾਲਾ, ਕਿਉਂਕਿ ਜਿਹੜਾ ਗਰਾਊਂਡ ਲੈਵਲ ਦਾ ਕੋਈ ਕੈਂਡੀਡੇਟ ਜਾਗ ਤਾਂ ਪਤਾ ਲੱਗਣਾ ਭਾਈ ਹਾਂਜੀ ਉੱਥੇ ਪਤਾ ਹੁੰਦਾ ਸਾਰੀ ਗਰੀਬ ਕਿੰਨੀਆਂ ਚੀਜ਼ਾਂ ਦਾ, ਇਹਦੀ ਵਾਲੀ ਗੱਲ ਸੱਚ ਹੈ ਕਿ ਅਮੀਰ ਅਮੀਰ ਹੋ ਵਾਲਾ, ਗਰੀਬ ਗਰੀਬ ਹੋ ਵਾਲਾ। ਅੱਛਾ, ਅਤੇ ਬਾਕੀ ਆਈ ਗੱਲ ਕਿ ਰੁਜ਼ਗਾਰ ਹੈ ਨਹੀਂ, ਬੱਚੇ ਵਹਿਲੇ ਫਿਰ ਆਦੇ। ਇੱਕ ਗੱਲ ਨਵੀਂ ਹੋਰ ਨਿਕਲੀ ਪਈ ਕਿ ਬੱਚੇ ਦੀ ਇੰਟਰਵਿਊ ਦੇਣੇ ਜਲੰਧਰ ਜਾਣਾ ਪੈਂਦਾ। ਅੱਛਾ, ਇੰਟਰੈਂਸ ਜਿਹੜੀ ਅੱਜ ਕੱਲ੍ਹ ਕਾਲਜ ਐਡਮਿਸ਼ਨ ਲੈ ਦੇ ਫਲਾਣ ਉਹਦੇ ਵੀ ਉੱਥੇ ਜਲੰਧਰ ਜਾ ਦਾ ਕੋਈ ਚੰਡੀਗੜ੍ਹ ਜਾ ਦਾ, ਇਹ ਬੜਾ ਪ੍ਰੋਬਲਮ ਬਣੀ ਗਈ। ਅਸੀਂ 370 ਉੱਠਣੇ ਕਹਿੰਦਾ ਵੀ ਸਟੇਟ ਹੀ ਸਾਰੀ ਇੱਕ, ਉਹਦੀਆਂ ਬਣਾਉੜੀਆਂ ਦੋ, ਅਸ ਪ੍ਰਮੋਸ਼ਨ 'ਚ ਗਏ ਜਾਂ ਡਿਮੋਸ਼ਨ 'ਚ ਯੂਟੀਆਂ ਦੋ ਦੋ ਡਿਮੋਸ਼ਨ 'ਚ ਗਏ ਨਾ, ਇਹ ਕੋਈ ਅਸੀਂ ਉਪਲਬਧੀ ਨਹੀਂ ਲੱਭੀ। ਅਸੀਂ ਸਾਡੀ ਆਪਣੀ ਸਰਕਾਰ ਹੁੰਦੀ ਆਪਣੀ ਸਾਡੀ ਅਪਰੋਚਾਂ ਹੁੰਦੀਆਂ, ਬੱਚੇ ਕੋਲਾ ਕੋਲਾ ਬੰਨ ਚਾਪਾ ਲੱਗੀ ਜਾਂਦਾ ਹੈ, ਲੱਗੀ ਜਾਂਦੇ ਹੁਣ ਤਾਂ ਦਿੱਲੀ ਵਾਲਿਆਂ ਕਰਨਾ ਸਾਡਾ ਕੰਪੀਟੀਸ਼ਨ, ਇਹ ਤਾਂ ਬੜੀ ਵੱਡੀ ਸਮੱਸਿਆ ਬਣੀ ਸੀ। ਸਟੇਟ 'ਚ ਨਹੀਂ ਕੋਈ ਪੜ੍ਹਾਈ ਲਿਖਾਈ, ਮਾਹੌਲ ਠੀਕ ਹੈ ਸਰ, ਬੀਜੇਪੀ ਹੈ, ਬੀਜੇਪੀ ਕੀ ਹੈ ਸਰ, ਰਾਣਾ ਸਾਹਿਬ, ਰਾਣਾ ਸਾਹਿਬ ਕੀ ਗੱਲ, ਰਾਣਾ ਸਾਹਿਬ ਸਰ ਕੰਮ ਅੱਛੇ ਕਰਦੇ ਹਨ, ਡਿਵੈਲਪਮੈਂਟ ਅੱਛੀ ਕਰਾਈ ਦੀ, ਲੀਡਰ ਅੱਛੇ ਸਰ, ਕੀ ਕੰਮ ਕਰਾਈ ਕਰਾਇਆ ਸਰ, ਅੱਛੇ ਕੰਮ ਕਰਾਏ ਦੇ, ਸਾਰੇ ਕੰਮ ਕਰਾਏ ਦੇ, ਜਿਹੜੇ ਰੋਡ ਸ਼ਿੜਕਾਂ ਜਿੰਨੀਆਂ ਵੀ ਹਨ ਸਰ, ਸਾਰੀ ਗਲੀਆਂ ਮੁਹੱਲੇ ਸਭ ਪੱਕੇ ਕਰਾਏ ਦੇ ਉਹਨੇ, ਜਿਹੜਾ ਕੰਮ ਲਈਏ ਜਾਓ ਸਾਰੇ ਕੰਮ ਕਰਦੇ ਨੇ, ਲੋਕਾਂ ਦੇ ਸਾਰੇ ਮਸਲੇ ਹੱਲ ਹੋ, ਸਾਰੇ ਮਸਲੇ ਹੱਲ ਹੋਏ ਸਰ, ਹੱਲ ਹੋ ਆਦੇ ਤਾਂ ਕਿ ਅਸੀਂ ਦੁਬਾਰੇ ਵੋਟ ਦੇ ਆਦੇ ਹੁਣ, ਡਿਵੈਲਪਮੈਂਟ ਠੀਕ ਹੋਈ ਹੈ, ਅੱਛੀ ਡਿਵੈਲਪਮੈਂਟ ਹੈ ਸਰ, ਜੋ ਚੀਜ਼ ਜ਼ਰੂਰਤ ਚਾਹੀਦੀ ਸਾਡੇ ਨਗਰੋਟਾ ਵਾਸੀਆਂ ਸਭ ਪੂਰੀ ਕਰਾ ਦਿੰਦੇ, ਪਿੱਛੇ ਕੋਈ ਲੋਕ ਆਖਦੇ ਆ, ਕੋਈ ਆਖਦੇ ਪਿੱਛੇ ਸਰ, ਆਪਣੀ ਆਪਣੀ ਰਾਏ ਹੈ ਸਰ, ਅਸ ਤਾਂ ਪਬਲਿਕ ਕੁਛ ਤਾਂ ਚੇਂਜ ਕਰ ਹੀ ਨਹੀਂ ਸਕਦੇ ਹਾਂ, ਆਪਣੇ ਆਪਣੇ ਪ੍ਰਸਪੈਕਟਿਵ ਹੈ, ਜੋ ਵੀ ਜਿਸ ਲੀਡਰ ਅੱਛਾ ਜੋ ਕਰਦਾ, ਬਾਕੀ ਜੋ ਸਰ ਸਾਡੇ ਇਲਾਕੇ ਜੋ ਚਾਹੀਦਾ ਉਹ ਪੂਰਾ ਕਰਾ ਦੇਣ ਸਰ, ਸੇਮ ਸੇਮ ਸਾਰੀ ਨਜ਼ਰ ਤੇ ਰਾਣਾ ਸਾਹਿਬ ਹੈ, ਹੋਰ ਸੀਐਮ ਦੇ ਕੈਂਡੀਡੇਟ ਨੇ, ਸੀਐਮ ਨੇ, ਸੀਐਮ ਵੱਡੀ ਗੱਲ ਆਖੀ, ਵੱਡੀ ਗੱਲ ਨਹੀਂ, ਇਹ ਹੈ ਮਹਾਰਾਜ, ਤੇ ਤੁਸੀਂ ਵੀ ਮੰਨਦੇ ਹੋ, ਤੁਸੀਂ ਬਣਾਏ ਦੇ ਨਾ ਜਾਂ ਲੋਕਾਂ ਸਾਹਿਬ ਹੋਰ ਲੋਕਾਂ ਵੀ ਬਣਾਏ, ਲੋਕਾਂ ਬਣਾਇਆ ਇਹਨੇ ਕਿ ਅਲੱਗ ਇਹਨੇ ਮੰਡਣ ਵੋਟ ਵੀ ਲੱਭਣਾ, ਲੋਕੀ ਉਮੀਦ ਹੈ ਕੋਈ ਕਾਕੂ ਵੀ ਲੱਭਣਾ, ਕਾਕੂ ਦਾ ਇਹ ਜਿਹੜੇ ਤੁਸੀਂ ਪਤਾ ਐਨ ਸੀ 'ਚ ਖਲੋਤੇ ਸੀ, ਅਤੇ ਐਨ ਸੀ ਦਾ ਬੋਰਡ ਕਿੰਨਾ 15,000 ਗਿਆ ਹਾ, ਅਤੇ ਇਹਨੇ 24,000 ਪਲੱਸ ਲਿਆ ਹਾ, ਤੁਸੀਂ ਸਾਰਾ ਪਤਾ ਕਰੇ ਹੁਣ ਇਸ ਪਾਰਟੀ 'ਚ ਆਈ ਦੇ, ਅਤੇ ਇਹਨੇ ਤਾਂ ਬੜੀ ਦੂਰ ਚਲੀ ਜਾਂਦੇ, ਹਾਂ ਉਹ ਤੁਸੀਂ ਮੈਂ ਸੁਣਾਇਆ ਕਿ ਸੀ ਐਮ ਬਣਨਾ ਇਹਨੇ, ਹਾਂ। ਅਤੇ ਨਗਰੋਟਾ ਅਸੈਂਬਲੀ ਵੱਲ ਕਹਿੰਦੇ ਵੱਖ ਵੱਖ ਥਾਰੇ ਪਰ ਅਸੀਂ ਜਾ ਕਰਨੇ ਆ, ਇਸ ਵੇਲੇ ਅਸ ਆਏ ਹਾਂ ਕਟਲ ਬਟਾਲ ਗ੍ਰਾਂ ਦੇ ਵਿੱਚ, ਸਾਡੀ ਕੋਸ਼ਿਸ਼ ਇਹ ਹੈ ਕਿ ਕੰਸਟੀਚੁਐਂਸੀ ਦੀ ਇੱਕ ਜਾਂ ਇੱਕ ਥਾਰਾ ਪਰ ਨਹੀਂ ਵੱਖ ਵੱਖ ਥਾਰੇ ਪਰ ਜਿਹੜੇ ਲੋਕ ਨੇ ਉਹਦੇ ਕੰਨੇ ਗੱਲਬਾਤ ਕੀਤੀ ਜਾ, ਅਤੇ ਕਟਲ ਬਟਾਲ ਗ੍ਰਾਂ ਦੇ ਲੋਕ ਕੁਛ ਮੌਜੂਦਾ ਲੋਕ ਸਾਡੇ ਕੰਨੇ ਇੱਥੇ ਆ, ਸਥਾਨੀ ਲੋਕ ਆਏ ਨਾ ਉਹਦੇ ਕੰਨੇ ਗੱਲਬਾਤ ਕਰਨੇ ਆ, ਜਨਾਬ ਕੀ ਲੱਗਦਾ ਇੱਥੇ ਤੁਹਾਡੇ ਗ੍ਰਾਂ ਦੇ ਵਿੱਚ, ਕਿਹਦੇ ਬਾਰੇ ਜੀ, ਇਲੈਕਸ਼ਨ ਦੇ ਬਾਰੇ ਚ, ਕੀ ਮਾਹੌਲ ਹੈ ਇੱਥੇ, ਕੀ ਮਾਹੌਲ ਬਾਰੇ, ਫੁੱਲ, ਅੱਛਾ ਹਾਂ ਫੁੱਲ ਜਿੱਤੇਗਾ ਫੁੱਲ ਫਾਰਮ ਦੇ ਵਿੱਚ, ਉਹ ਕੀ ਗੱਲ, ਮਤਲਬ ਫੁੱਲ ਵਾਲੇ ਕੀ ਕਰੀਏ, ਤੁਹਾਡੇ ਫੁੱਲ ਵਾਲੇ ਬਾਰੇ, ਅਸੀਂ ਹਿੰਦੂਆਂ ਦੇ ਹਿੰਦੂਆਂ ਫੁੱਲ ਲਏਗੇ ਬੋਲ ਪਾਉਣਾ, ਹੋਰ ਕੁਛ ਪਾਉਣਾ ਹੈ, ਹਿੰਦੂ ਦੇ ਆਪਣੇ ਦੂਏ ਵੀ ਖੜੋਤੇ ਨੇ, ਆਪਣੇ ਨੈਸ਼ਨਲ ਕਾਨਫਰੰਸ ਵਾਲੇ ਵੀ ਹਿੰਦੂ ਨੇ, ਕਾਨਫਰੰਸ ਵਾਲੇ ਬੈਠੇ ਨੇ, ਪਾਰਟੀ ਉਹਨੇ ਆਪੋ ਚੇਂਜ ਕੀਤੀ, ਉਹ ਅਸੀਂ ਕੋਈ ਸਾਡਾ ਕੋਈ ਲਾਮਾ ਨਹੀਂ ਹੈ, ਅਸੀਂ ਬੋਲ ਫੁੱਲੇ, ਸਾਡੇ ਹਿੰਦੂ ਧਰਮ ਹੈ, ਹਿੰਦੂ ਧਰਮ ਦਾ ਫੁੱਲੇ ਕੇ ਬੋਲ, ਅੱਛਾ ਹਾਂਜੀ ਹਾਂਜੀ, ਕੰਮ ਕਾਜ ਹੋਇਆ ਚਾਹੇ ਨਹੀਂ ਹੋਇਆ, ਕੰਮ ਨਹੀਂ ਹੋਇਆ, ਕੰਮ ਦਾ ਕੋਈ ਜ਼ਿੰਮੇਵਾਰੀ ਨਹੀਂ ਹੈ, ਕੰਮ ਅੱਗੇ ਬਾਕੀ ਵਾਲੇ ਨੇ ਕੀਤਾ ਤੇ ਇਹਨੇ ਕਿਹੜਾ ਕੰਮ ਕਰੂ ਨਾ, ਤੁਹਾਡੇ ਵੀ ਇੱਥੇ ਵੀ ਕੋਈ ਕੰਮ ਕਾਜ ਨਹੀਂ ਹੋਇਆ, ਕੋਈ ਕੰਮ ਕਾਜ ਨਹੀਂ, ਇਹ ਨਿਕਲਾ ਸਾਡੀ ਰੋਡ ਬਾਰੇ ਕਿਹੜਾ ਡਬਲ ਰੋਡ ਹੈ ਮਨਜ਼ੂਰ ਹੋਇਆ, ਤੇ ਇੱਥੇ ਸਿੰਗਲ ਕਰ ਰਹੇ ਆਏ ਸੀ, ਡਬਲ ਬਣਿਆ ਕਿ ਨਹੀਂ,
ਔਰ ਪਿਛਲੇ ਕੁਛ ਸਾਲਾਂ ਚ ਹੋਇਆ ਤੁਹਾਡੇ ਇੱਧਰ ਗ੍ਰਾਂ ਚ ਕੰਮ? ਕੰਮ ਕੋਈ ਨਹੀਂ ਹੈ, ਕੰਮ ਕੋਈ ਨਹੀਂ, ਕੰਮਾਂ ਦਾ ਇੱਥੇ ਲੰਮਾ ਰਿਹਾ, ਕੰਮ ਨਹੀਂ ਜ਼ਿੰਦਗੀ ਦੇ ਵਿੱਚ ਹੋਆ ਕੋਈ ਵੀ ਜੀ। ਅੱਛਾ, ਬੋਰਡ ਫੁੱਲ? ਬੋਰਡ ਫੁੱਲ ਬੋਰਡ, ਕੋਈ ਅਜੀਬ ਗੱਲ ਹੈ ਕਿ ਕੰਮ ਕਾਜ ਹੋਇਆ ਜਾਂ ਨਹੀਂ ਹੋਇਆ ਬੋਰਡ ਫੁੱਲ? ਮਾਰੇ ਹੋਇਆ ਕੰਮ ਦਾ ਕਿਤਾ ਨੇ ਪਈ ਹੈ ਤਮਾਕੂ ਪੀਤਾ ਵਾ। ਚਲੋ ਠੀਕ ਹੈ ਜੀ, ਬਾਕੀ ਜੁਗਲ ਕਿਸ਼ੋਰ ਹੁੰਦੇ ਉਹਦੇ ਦਾ ਲਾਮਾ ਲਾਮਾ ਅਸੀਂ ਦੇਣਾ ਦੇਣਾ। ਜੁਗਲ ਕਿਸ਼ੋਰ ਨੀ ਹੈ ਹੁਣ ਤੇ ਨਹੀਂ ਹੈ, ਦਿੱਤੇ ਬੋਰਡ ਹੋਣੇ ਪਰ ਉਹਨੇ ਸਾਡੇ ਪੈਂਤੀ ਸਾਲ ਹੋਏ ਬਣੇ ਨੇ, ਉਸੀ ਰੋਡ ਹੀ ਕੱਚਾ ਲੀਹ ਬਣਾਈ ਸੀ ਜਿਹਦੇ ਚ ਇਸ ਵਾਰੀ ਹੁਣ ਸਾਡੇ ਪੈਂਚ ਨੇ ਥੋੜੀ ਜਿਹੀ ਮਦਦ ਕੀਤੀ ਹੈ ਤੇ ਉਹ ਉੱਥੇ ਬੱਜਰਾ ਪਵਾਇਆ, ਬਾਕੀ ਅਜੇ ਤੱਕ ਉਹਦਾ ਕੋਈ ਮਾਈ ਬਾਪ ਨਹੀਂ ਫਿਰਿਆ ਕੋਈ ਇਹਦੀ ਡਿਵੈਲਪਮੈਂਟ ਹੋ ਗਈ ਨਾ। ਦੋ ਬਹਿਲਵਾਨ ਕੱਢ ਕੇ ਜਾਂਦਾ ਕੋਈ ਆਪਣੇ ਕੋਲ ਮਤਲਬ ਰਹਿਣਾ ਹੋਇਆ ਭਾਵੇਂ ਜਿਹੜਾ ਮਰਜ਼ੀ ਹੋਇਆ। ਮਤਲਬ ਤਕੜਾ ਪਹਿਲਵਾਨ ਕਿਹੜਾ ਹੈ? ਸਭ ਤਕੜੇ ਆਣੇ ਲੈ, ਸਭ ਤਕੜੇ ਆਹੋ। ਇਹ ਬੜਾ ਡਿਪਲੋਮੈਟਿਕ ਜਵਾਬ ਦੇ ਦਿੰਦੇ ਨੇ। ਅਸੀਂ ਇਹ ਲੱਗਿਆ ਕਿ ਦੋ ਪਾਰਟੀਆਂ ਚਲਾ ਦੀਆਂ ਨੇ, ਠੀਕ ਹੈ, ਇੱਕ ਐਨਸੀ ਇੱਕ ਬੀਜੇਪੀ, ਉਹ ਇਹਦੀ ਆਰਜੀ ਦੋਨੇ ਦੀ ਕੋਈ ਹੇਠ ਉੱਪਰ ਥੋੜਾ ਜਿਹਾ ਫਰਕ ਹੈ, ਥੋੜਾ ਫਰਕ ਹੈ, ਮਤਲਬ ਮੁਕਾਬਲਾ ਤਕੜਾ ਹੈ, ਮੁਕਾਬਲਾ ਫਿੱਟ ਹੈ, ਬਰਾਬਰ ਦਾ ਮੁਕਾਬਲਾ, ਬਰਾਬਰ ਦਾ ਮੁਕਾਬਲਾ ਹੈ। ਤੇ ਤੁਹਾਡੇ ਗ੍ਰਾਂ ਦੇ ਮਸਲੇ ਕੀ ਨੇ? ਆਪਾਂ ਮਸਲੇ ਤੇ ਬਹੁਤ ਨੇ, ਕੰਮ ਕਾਜ ਤੇ ਸਾਡਾ ਹੋ ਜਾਣੀ ਕੋਈ ਇੰਨਾ ਖਾਸ, ਮਸਲੇ ਤੇ ਐਨ ਗਏ, ਰੋਡ ਦੇਖੋ ਸਾਡੀ ਕੋਈ ਦੇਖੋ, ਇੱਧਰ ਗਲੀਆਂ ਦੇਖੋ, ਕੋਈ ਐਸੀ ਚੀਜ਼ਾਂ ਦੇਖੋ ਕੋਈ ਨਹੀਂ ਬਣੀ ਬੁਣੀ ਹੈ, ਮਗਰ ਦਵਿੰਦਰ ਰੈਣਾ ਦੀ ਇੰਨੀ ਹੈ ਕਿ ਅਗਰ ਜਾ ਕੇ ਨਾ ਗੱਲ ਜ਼ਰੂਰ ਸੁਣੇਗੀ, ਸੁਣੇਗਾ ਜ਼ਰੂਰ। ਦੋ ਤਿੰਨ ਵਾਰੀ ਦਵਿੰਦਰ ਰੈਣਾ ਕੋਲ ਗਏ, ਅਸੀਂ ਕੋਈ ਪ੍ਰੋਬਲਮ ਦੱਸੀ, ਮਗਰ ਉਹਨੇ ਆਪਣੇ ਪੀਏ ਹੀ ਆਖਿਆ ਕਿ ਫਲਾਣਾ ਕੰਮ ਬਾਈ ਇਹਦਾ ਇਹ ਕਰਨਾ ਹੈ, ਮਗਰ ਉਹਨੇ ਕਰਵਾਇਆ ਜਾਂ ਨਾ ਕਰਵਾਇਆ ਮਗਰ ਆਖਿਆ ਜ਼ਰੂਰ ਹੈ, ਐਸੀ ਗੱਲ ਕੋਈ ਨਹੀਂ ਹੈ। ਤਾਂ ਨਿੱਕਾ ਬੱਚਾ ਜਾਏਗਾ ਗੱਲ ਉਹਦੀ ਵੀ ਸੁਣੇਗਾ, ਅਤੇ ਸਿਆਣਾ ਜਾਏਗਾ ਤਾਂ ਗੱਲ ਉਹਦੀ ਵੀ ਸੁਣੇਗਾ, ਤੇ ਜੇ ਕੋਈ ਉਹੋ ਜਿਹਾ ਬੰਦਾ ਹੋਊ ਤਾਂ ਬਿਲਕੁਲ ਉਹਨੇ ਗੇਟ ਦਾ ਅੰਦਰ ਕਰਾਸ ਨਹੀਂ, ਹਾਂ ਇਹੋ ਨੇ ਗੇਟ ਗੇਟ ਖੋਲੀ ਰਹਾ, ਗੇਟ ਖੋਲੀ ਲੈ ਦੇ ਰਾਮਪਾਲ ਜੀ, ਰਾਮਪਾਲ ਜੀ ਤੁਸੀਂ ਕੀ ਲੱਗਦਾ ਹੈ? ਬੀਜੇਪੀ ਦਾ ਜ਼ੋਰ ਹੈ ਜੀ ਸਰ, ਤੇ ਆਪਣੇ ਕਾਕੂ ਹੁੰਦਾ ਨਹੀਂ ਸਰ, ਉਹਦੇ ਰਾਮ ਢਿੱਲਾ ਹੀ ਹੋ, ਉਹ ਕੀ ਗੱਲ ਹੈ ਭਲਾ, ਹੁੰਦਾ ਕਹਿ ਢਿੱਲਾ, ਉਹ ਵੀ ਡੀਡੀਸੀ ਸਰ ਕੰਮ ਕਰਾ ਰਹੇ ਨੇ, ਇੱਕੋ ਵਾਰ ਆਏ ਨਾ ਹੁਣ ਭਲਾ ਕਾਕੂ ਹੋਰ, ਹਾਂ ਸਿਰਫ ਇੱਕ ਵਾਰ, ਅਸੀਂ ਤਾਂ ਸ਼ਗਲੀ ਵੀ ਨਹੀਂ ਦੇਖੀ, ਡੀਡੀਸੀ ਮੈਂਬਰ ਇਹਦੇ ਨੇ, ਹਾਂਜੀ ਰਹਿਦੇ ਜ਼ਰੂਰ ਨੇ ਮਗਰ ਇੱਧਰ ਦੇ ਆਇਆ ਕੋਈ ਨਹੀਂ, ਹਾਂ ਅੱਜ ਮਤਲਬ ਜ਼ਿਆਦਾ ਕੋਲੋਂ ਜ਼ਿਆਦਾ ਹੁਣ ਥੋੜ੍ਹੇ ਕੁ ਦਿਨ ਹੋਏ ਨੇ ਆਏ, ਕੋਈ ਪੰਜ ਛੇ ਦਿਨ ਹੋਏ ਆਏ ਬਸ, ਪਹਿਲੀ ਵਾਰ ਅਸੀਂ ਦੇਖੇ, ਬਾਕੀ ਅਸੀਂ ਕੁਦੇ ਲੱਭੇ ਨਹੀਂ। ਬਹੁਤ ਵਧੀਆ, ਅੱਛਾ ਠੀਕ ਚੱਲ ਰਿਹਾ ਇੱਧਰ ਕੰਮ? ਬਹੁਤ ਅੱਛਾ ਚੱਲ ਰਿਹਾ। ਲੋਕਾਂ ਦੇ ਕੀ ਮਸਲੇ ਨੇ? ਲੋਕਾਂ ਦੇ ਮਸਲੇ ਜੋ ਵੀ ਹੋਣ ਬਾਅਦ ਦੇਖ ਜਾਂਗੇ, ਅਸੀਂ ਕੋਈ ਗੱਲ ਨਹੀਂ, ਸਭ ਠੀਕ ਚੱਲ ਰਿਹਾ। ਨਹੀਂ ਜ਼ੋਰ ਕੋਦਾ ਚੱਲਾ ਦਾ ਕੈਂਡੀਡੇਟ ਜਿਹੜਾ ਜ਼ੋਰ ਗੱਲ ਆ, ਮੈਂ ਹਾਂ ਬਿਮਾਰ, ਅੱਛਾ ਮੈਂ ਹਾਲਾਤ ਡਾਕਟਰ ਦਾ,
ਕੋਈ ਪਤਾ ਨਹੀਂ ਕੋਈ ਜੋੜ ਮੈਂ ਨਾ ਕੋਈ ਮੀਟਿੰਗ ਗਿਆ ਨਾ ਕੋਈ ਆਇਆ ਇਹ ਗੱਲ ਸਿਹਤ ਠੀਕ ਨਹੀਂ ਹੈ ਇਲਾਜ ਠੀਕ ਚੱਲਦਾ ਨਾ ਠੀਕ ਚੱਲਦਾ ਇਲਾਜ ਠੀਕ ਚੱਲਦਾ ਬਾਕੀ ਤਾਂ ਜੇ ਤੁਸੀਂ ਆਖਿਆ ਤੁਸੀਂ ਬਿਮਾਰ ਹੋ ਅਤੇ ਇੱਥੇ ਜਿਹੜੀਆਂ ਸਹੂਲਤਾਂ ਨੇ ਸਵਾਸਥ ਸਹੂਲਤਾਂ ਨੇ ਮੈਡੀਕਲ ਜਿਹੜੀ ਸਹੂਲਤਾਂ ਨੇ ਉਹ ਠੀਕ ਨੇ ਨਗਰੋਟੇ ਦੀ ਗੱਲ ਕਰ ਚੱਲ ਠੀਕ 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 ਹੈ ਕੋਈ ਇੱਧਰ ਸਰਕਾਰੀ ਕੋਈ ਸਵਾਸਥ ਕੇਂਦਰ ਵਗੈਰਾ ਹਸਪਤਾਲ ਹੈ ਸਾਹਮਣੇ ਹਸਪਤਾਲ ਹੈ ਡਾਕਟਰ ਡੁਕਟਰ ਦਵਾਈ ਸ਼ਵਾਈ ਕੋਈ ਹਿੰਦੀ ਸਭ ਮਿਲ ਜਾਂਦੀ ਹੋਰ ਕੀ ਮਸਲੇ ਨੇ ਚਲੋ ਸਭ ਸਭ ਠੀਕ ਬਹੁਤ ਵਧੀਆ ਬਹੁਤ ਵਧੀਆ ਕੋਈ ਕੈਂਡੀਡੇਟ ਦੇ ਬਾਰੇ ਵੀ ਕੋਈ ਸੁਣਾਈ ਦੇ ਬਾਰੇ ਮੇਰੇ ਕੋਲ ਹੁਣ ਕੋਈ ਸਕਰੀਨ ਮੈਂ ਤੁਸੀਂ ਦੱਸਿਆ ਮੈਂ ਕੋਈ ਅੱਜ 12 10 10 ਕੇ ਦਿਨ ਦਾ ਮੈਂ ਕੋਲਾ ਬਸ ਨਿਕਲ ਹੀ ਨਹੀਂ ਸਕਿਆ ਅੱਜ ਵੀ ਮਜ਼ਦੂਰੀ ਦੇ ਬਹਿਣੇ ਆਇਆ ਹਾਂ ਚਲੋ ਠੀਕ ਹੈ ਅਗਲੀ ਵਾਰ ਆਉਂਦਾ ਬੋਲੀ ਚਲੋ ਜਨਾਬ ਕੀ ਨਾਮ ਤੁਹਾਡਾ ਮੇਰਾ ਨਾਮ ਮੀਨੂ ਅੱਛਾ ਮੀਨੂ ਕੀ ਚਲਾ ਇੱਧਰ ਨਗਰੋਟਾ ਉਹਦਾ ਜ਼ੋਰ ਹੈ ਜ਼ੋਰ ਮਾਰੇ ਜ਼ਿਆਦਾ ਬੀਜੇਪੀ ਦਾ ਅੱਛਾ ਉਹ ਕੀ ਗੱਲ ਰਾਣਾ ਸਾਹਿਬ ਕੰਮ ਕਰਾਉਂਦੇ ਆ ਕੀ ਕੰਮ ਕਾਜ ਕਰਾਇਆ ਉਹਨਾਂ ਤੋਂ ਸਾਰੇ ਕੰਮ ਕਰਾਉਂਦੇ ਹੋ ਇਹ ਫੁਸ਼ਾਲੇ ਬਣਾਇਆ ਇੱਧਰ ਪੁਲ ਬਣਾਇਆ ਸਾਰੇ ਰੋਡ ਦੁਬੇ ਤੇ ਸਾਰਾ ਕੰਮ ਉਹ ਕਰਾਉਂਦੇ ਨੇ ਔਰ ਕੋਈ ਕੈਂਡੀਡੇਟ ਨਹੀਂ ਹੈ ਇੱਕੋ ਹੈ ਦਵਿੰਦਰ ਸਿੰਘ ਰਾਣਾ ਅੱਛਾ ਮੁਕਾਬਲਾ ਕੁੰਦਾ ਉਹਦੇ ਕੰਨੇ ਮੁਕਾਬਲਾ ਐਨਸੀਆ ਦੇ ਆ ਨਾ ਉਹਦੇ ਕੰਨੇ ਲੇਕਿਨ ਉਹਨੇ ਸਹੀ ਜਿਹੜੇ ਨੇ ਆਪਣੇ ਦਵਿੰਦਰ ਸਿੰਘ ਰਾਣਾ ਉਹ ਦਵਿੰਦਰ ਸਿੰਘ ਰਾਣਾ ਉਹਨਾਂ ਪਾਰਟੀ ਬਦਲੀ ਉੜੀ ਆਪਣੀ ਖਰਾ ਕੀਤਾ ਉਹਨੇ ਮਾੜਾ ਕੀਤਾ ਸਹੀ ਕੀਤਾ ਦਾ ਸਹੀ ਕੀਤਾ ਦਾ ਐਨਸੀ ਜੇ ਲਗਾ ਅੱਛਾ ਹੋਣੀ ਹੁੰਦਾ ਤੇ ਕਰ ਉੜਿਆ ਹਾਂ ਹੋਰ ਕੀ ਮਸਲੇ ਨੇ ਤੇ ਲੋਕਾਂ ਦੇ ਮਸਲਾ ਕੋਈ ਨਹੀਂ ਹੈ ਕੰਮ ਕੁੰਮ ਹੋਆ ਦਾ ਸਾਰੇ ਕੰਮ ਉਹੇ ਕਰਾ ਦੇਣ ਰਾਣਾ ਸਾਹਿਬ ਕੋਈ ਕਰਾ ਦੇ ਕੋਈ ਕੰਮ ਨਹੀਂ ਕਰਾਉਂਦਾ ਕੋਈ ਆਉਂਦੇ ਨਹੀਂ ਆ ਵੋਟ ਲੈਂਦੇ ਦੁਬਾਰਾ ਮੂੰਹ ਨਹੀਂ ਦੱਸਦੇ ਉਹ ਸਾਰੇ ਗਰਾਊਂਡ ਲੈਵਲ ਦੇ ਵਿੱਚ ਆਵਾ ਦੇ ਜਾ ਰਹੇ ਸਾਰੇ ਗਮੀ ਖੁਸ਼ੀ ਕੋਈ ਵੀ ਹੋਵੇ ਉਹ ਜਾਂਦੇ ਨੇ ਹਾਂ ਆਵਾ ਜਾ ਦੇ ਸਾਰੇ ਚੱਕਰ ਚੁੱਕਰ ਲਾ ਦੇ ਇੱਕ ਵਾਰੀ ਵੋਟ ਲੈਂਦੇ ਦੁਬਾਰਾ ਮੂੰਹ ਨਹੀਂ ਦੱਸਦੇ ਕਦੇ ਪਾਰਟੀਆਂ ਦੇ ਕਦੇ ਉੱਧਰ ਜਾਂਦੇ ਕਦੇ ਉੱਧਰ ਜਾਂਦੇ ਸਾਡੇ ਰਾਣਾ ਸਾਹਿਬ ਕਹਿੰਦੇ ਜਿਹੜੇ ਉਹਨੀ ਕੇ ਵੋਟ ਮੈਂ ਅਪੀਲ ਕਰਨਾ ਲੋਕਾਂ ਅੱਗੇ ਕਿ ਖੁੱਲ੍ਹੀਏ ਵੋਟ ਪਾਉਣ ਪਾਰਟੀ ਕਿਨੇ ਜੁੜੇ ਹੋਏ ਜਾਂ ਆਮ ਸ਼ਹਿਰੀ ਦੇ ਤੌਰ ਪਰ ਸ਼ਹਿਰੀ ਤੌਰ ਪਰ